ਅਸੀਂ ਪਹਿਲਾਂ ਤਾਂ ਨਮਾਜ਼ ਨਹੀਂ ਪੜ੍ਹਦੇ, ਦੂਸਰਾ ਖਰਚ ਵੀ ਨਹੀਂ ਕਰਦੇ। ਇਸ ਤਰਫ ਦੇ ਅੰਦਰ ਯਾਰ ਅੱਜ ਮੇਰੇ ਕੋਲ 50 ਰੁਪਏ ਨਹੀਂ, 10 ਫੀਸਦ ਹੋਰ ਤਨਖਾਹ ਵੱਧ ਲੈਂਦੀ, 1000 ਹੋ ਜਾਂਦਾ। ਕਦੀ ਇਹ ਨਹੀਂ ਸੋਚਿਆ ਕਿ ਕਿਆ ਜਿਹੜਾ ਰੱਬ ਦੇ ਰਿਹਾ ਉਸਦੀ ਰਾਹ ਤੇ ਕਿੰਨਾ ਸਾਰਾ ਖਰਚ ਆ ਰਿਹਾ, ਉਹ ਦੇ ਰਿਹਾ। ਜਦੋਂ ਸੋਚ ਮਾਂ ਦੇ ਤੂੰ ਪੇਟ ਦੇ ਵਿੱਚ ਆ, ਮਾਂ ਦੇ ਤਵੱਜੋ ਰਹੇ ਸੋਚ ਉਸ ਜਗ੍ਹਾ ਤੇ ਲੈ ਜਾਏ, ਮਾਂ ਦੇ ਪੇਟ ਦੇ ਵਿੱਚ ਆ। ਉੱਠੇ ਨਜ਼ਰੀ ਮਾਂ ਦੀ ਪਰਚਾਈ, ਬਈ ਮੈਂ ਬੱਚੇ ਨੂੰ ਕਿਵੇਂ ਖਵਾਉਣਾ, ਉਹ ਆਪ ਖਾਂਦੀ ਹੈ ਬਸ। ਮਾਂ ਦੇ ਪੇਟ ਦੀ ਵਿੱਚ ਤਾਂ ਲਿੱਜ਼ਤ ਕੌਣ ਦੇ ਰਿਹਾ ਤੇ ਪਰਵਿਸ਼ ਕੌਣ ਖਰਦਾ ਰਿਹਾ? ਅਗਰ ਤੁਸੀਂ ਆਪਣੀ ਮਿਹਨਤ ਬੜਾ ਤੀਰ ਮਿਹਨਤ ਵਿੱਚ ਦਿੰਦੇ ਨੇ, ਹਾਂ ਨਹੀਂ ਰੱਬ ਸਮਾਇਆ ਅੱਲਾਹ ਹੋਇਲਾ ਨੇ ਹਰਾਮ ਕੋ ਲੈਂਦੋ ਆਫੇ ਸੁਮਾ ਜਾਲਾ ਮਿੰਬਾ ਦੀ ਤੋ ਆਫੇ ਤੂੰ ਬਦਨ ਸੁਮਾ ਜਾਲਾ ਮਿੰਬਾ ਦੀ ਤੂੰ ਬਦੇ ਤੋ ਆਫੋ ਸ਼ੇਬਾ ਸਮੇ ਮਾਂ ਦੇ ਪੇਟ ਵਿੱਚ ਦਿੱਤਾ ਵਰ ਦੁਨੀਆ ਦੇ ਅੰਦਰ ਆਇਆ ਅੱਲਾਹ ਹੋਇਲਾ ਨੇ ਹਰਾਮ ਕੋ ਲੈਂਦੋ ਆਫੇ ਇਨਸਾਨ ਕਮਜ਼ੋਰ ਆਈ ਫਿਰ ਉਸ ਤੋਂ ਬਾਅਦ ਕੂਬਰ ਜਾਲਾ ਬਣਾਇਆ ਫਿਰ ਇਤਨਾ ਕੁਝ ਤਨ ਸਜਾ ਕੇ ਇਤਨਾ ਕੁਝ ਕਰ ਆਇਆ ਉਹ ਰੱਬ ਹੀ ਦੇ ਰਿਹਾ ਤੇ ਕੌਣ ਦੇ ਰਿਹਾ? ਤੇ ਅੱਜ ਤੂੰ ਆਖੀ ਜੀ ਮੈਂ ਬੜਾ ਹੁਣ ਵੱਡਾ ਬਣ ਗਿਆ ਬੜਾ ਅਮੀਰ ਆ ਜੀ ਹੁਣ ਕਰਨੇ ਰੱਬ ਦੇ ਰਾਹ ਤੇ ਜੇ ਸਾਡੇ ਖਰਚ ਕੰਮ ਆਵੇ ਸੀ ਪਰ ਮੈਂ ਜਿਹੜਾ ਪਹਿਲੇ ਦੇ ਰਿਹਾ ਉਹਦੀ ਰਾਹ ਤੇ ਜੇ ਸੀ ਤਾਂ ਉਸ ਹੋਰ ਦੇਣਾ। ਅਗਰ ਅੱਜ ਤੂੰ ਦੇ ਲਗੇ ਤੈਨੂੰ ਜੀ ਕਰ ਸੀ ਤਾਂ ਉਸ ਆਦਰਣੀ ਯਾਰ ਮੇਰਾ ਦਿੱਤੋ ਹੋਇਆ ਮੈਂ ਮੰਗਿਆ ਤੇ ਮੇਰੇ ਰਾਹ ਤੇ ਕਦੀ ਹੋਇਆ ਬਈ ਕੋਈ ਸਾਨੂੰ ਦੇਵੇ ਤੇ ਫਿਰ ਉਹ ਮੰਗੇ ਤੇ ਅਸੀਂ ਨਾ ਕਰੀਏ? ਕਦੀ ਵੀ ਨਾ ਹੋ ਸੀ। ਅਗਰ ਦੁਨੀਆ ਦੇ ਵੀ ਅਗਰ ਇੱਕ ਵਾਰੀ ਕੋਈ ਸਾਨੂੰ ਦੇ ਛੱਡੇ ਨਾ ਤੇ ਉਹ ਆਖੀ ਯਾਰ ਮਜਬੂਰੀ ਹੈ ਮੈਨੂੰ ਥੋੜੇ ਦੇ ਛੋੜ ਅਸੀਂ ਉਹਨਾਂ ਦੇ ਸਾਥ ਤਰੀ ਵੀ ਅਸੀਂ ਮੰਗਣ ਵਸਾ ਨਾ ਉਹ ਨਿਕਲ ਜਾ ਕੇ ਮਰੇ ਅਸੀਂ ਬਰਕਰ ਮੇਰੇ ਕੋਲ ਰਹਿ ਕੇ ਮੈਂ ਮੁਸੀਬਤ ਦੇ ਵਿੱਚ ਮੈਂ ਮਜਬੂਰੀ ਕੀ ਨਾ ਕੇ ਕੋਲ ਆਏ ਤੋ ਮੈਂ ਮਨ ਹੀ ਟੁਕਾ ਛੱਡੇ ਤੋ ਮੈਂ ਮਨ ਹੀ ਨਹੀਂ ਦਿੱਤਾ ਤਨ ਮੁਸ਼ਕਿਲ ਆਏ ਤੇ ਮੈਂ ਇਹ ਦਾ ਕੀ ਆ ਰਹਿਣਾ ਤੇ ਫਰਮਾਇਆ ਉਹ ਰੱਬ ਦੀ ਦੇਣੇ ਜੀ ਕਮੀ ਨਹੀਂ ਹੈ ਉਸ ਕਦੀ ਮੰਗਿਆ ਨਹੀਂ ਉਹ ਤਨ ਦੇਂਦਾ ਆਂਦਾ ਹੈ ਲੇਕਿਨ ਰੱਬ ਨੇ ਇਹ ਜੋ ਮੰਗਣਾ ਦੁਨੀਆ ਦੇ ਅੰਦਰ ਬਣਾਏ ਨੇ ਰੱਬ ਦਾ ਫਰਮਾਇਆ ਇਨਨ ਦਾ ਹਿਸਤਰਾ ਮਿਨਨ ਮੁਮਿਨੀ ਨਾਮ ਫਸਮ ਮਰਵਾਨੋ ਕੇ ਨਾਲ ਮਰਜਨ ਇਹ ਜਾਨ ਦੇ ਬਦਲੇ ਜਨਤ ਸਾਥੀ ਹੈ ਹੁਣ ਰੱਬ ਨੂੰ ਜਾਨ ਦੇ ਛੱਡੀ ਅਸਾਂ ਜਾਨ ਰੱਬ ਦੀ ਹੋ ਗਈ ਤੇ ਰੱਬ ਪਾਲਣ ਵਾਲਾ ਹੈ ਉਹ ਦੇ ਰਿਹਾ ਹੈ ਤੇ ਰੱਬ ਆਖੇ ਮੇਰੇ ਦੀ ਰਾਹ ਤੇ ਦਿਓ ਤੇ ਬੰਦਾ ਨਾ ਦੇ ਇਹ ਕੀ ਚੀਜ਼ ਇਹ ਚੀਜ਼ ਮਨਾ ਤੇ ਫਰਮਾਇਆ ਰੱਬ ਕੁਰਾਨ ਪੜ੍ਹ ਕੇ ਦੇ ਕੁਰਾਨ ਪੜ੍ਹੇ ਨਹੀਂ ਸਮਝੇ ਨਹੀਂ ਫਿਰ ਪਤਾ ਕੀ ਹੈ ਰੱਬ ਆਦਾ ਵੀ ਕਮੀਊ ਸਾਰ ਵੀ ਨਾ ਦਿੱਤਾ ਹਜ਼ਰਤੇ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਆਪ ਮੇਰੇ ਮੁਸਤਫਾ ਦੀ ਬਾਰਗਾਹ ਅੰਦਰ ਤਸ਼ਰੀਫ ਫਰਮਾ ਲਏ ਮੇਰੇ ਮੁਸਤਫਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜੰਗ ਦੇ ਵਾਸਤੇ ਜਹਾਦ ਵਾਸਤੇ ਇਮਾਨ ਪੇਸ਼ ਕਰੋ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਅਨਹੁ ਆਪ ਇਮਾਨ ਲੈਣ ਵਾਸਤੇ ਕਿਹਾ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁ ਆਪ ਕਿਹਾ ਦੋਨੋਂ ਦੀ ਦਿਲੀ ਖਾਇਸ਼ੀ ਕਿ ਮੈਂ ਜ਼ਿਆਦਾ ਰੱਬ ਦੀ ਬਾਰਗਾਹ ਦੇ ਗੱਲ ਤਵੱਜੂ ਨਾਲ ਸੁਣਾਏ ਅਸਰ ਨਾਲ ਕਿਵੇਂ ਦੇਣੀਆਂ ਕਹਿ ਲੱਗੇ ਕਿ ਜ਼ਿਆਦਾ ਹਲੇ ਉਮਰ ਦੇ ਫਾਰੂਕ ਰਜ਼ੀ ਅੱਲਾਹੁ ਤਾਲਾ ਨੂੰ ਆਪ ਦੀ ਦਿੱਲੀ ਖਾਇਸ਼ੀ ਕਿ ਮੈਂ ਜ਼ਿਆਦਾ ਦੇਵਾਂ ਉਮਰ ਕਹਿੰਦੇ ਨਹੀਂ ਮੈਂ ਜ਼ਿਆਦਾ ਦੇਵਾਂ ਦੋਨੋਂ ਘਰ ਗਏ ਹਲੇ ਕਿ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਉਹਨਾਂ ਨੇ ਘਰ ਦਾ ਸਾਰਾ ਮਾਲ ਹੱਟਾ ਕੇ ਸੁਰਾਖਾ ਵਿੱਚ ਕੋਈ ਚੀਜ਼ ਬਚ ਤਾਂ ਨਹੀਂ ਗਈ ਸਾਰਾ ਮਾਲ ਲੈ ਕੇ ਮੁਸਤਫਾ ਦੀ ਬਾਰਗਾਹ ਅੰਦਰ ਪੇਸ਼ ਕਰ ਦਿੱਤਾ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਆਪਣੇ ਘਰ ਦਾ ਅੱਧਾ ਮਾਲ ਰੱਬ ਦੀ ਰਾਹ ਪੇਸ਼ ਕੀਤਾ ਮੇਰੇ ਮੁਸਤਫਾ ਨੇ ਫਰਮਾਇਆ ਹੱਟਾ ਕੇ ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹੁ ਤਾਲਾ ਅਨਹੁ ਨੇ ਜਿਸਮ ਮੁਬਾਰਕ ਤੇ ਬੋਰੀਆਂ ਦਾ ਕਾਰ ਬਣਾ ਕੇ ਉੱਤਰ ਬਾਲ ਦੇਣ ਕੇ ਆਏ ਜਿਹਨੂੰ ਮੇਰੇ ਮੁਸਤਫਾ ਦੀ ਬਾਰਗਾਹ ਅੰਦਰ ਆਏ ਨੂੰ ਮੇਰੇ ਮੁਸਤਫਾ ਨੇ ਫਰਮਾਇਆ ਕਿ ਹੈ ਬਗਰ ਘਰ ਵਿੱਚ ਕੀ ਕੁਛ ਹੋਰ ਕੇ ਆਇਆ ਅਰ ਕੀਤੀ ਹੈ ਸੋਨੇ ਮੈਂ ਘਰ ਦੇ ਅੰਦਰ ਰੱਬ ਤੇ ਰੱਬ ਦਾ ਹਬੀਬ ਛੋੜ ਕੇ ਆਇਆ ਉਦੋਂ ਜਿਬਰੀਲ ਅਲੈਹਿਸਸਲਾਮ ਆ ਗਏ ਫਰਮਾਇਆ ਕਿ ਰੱਬ ਫਰਮਾ ਰਿਹਾ
ਕਲ ਕੋ ਪੁੱਛੋ ਕਿਆ ਉਹ ਮੇਰੇ ਤੇ ਰਜ਼ਾ ਤੇ ਰਾਜ਼ੀ ਹੈ ਜਾਂ ਕੋਈ ਨਾ। ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹ ਤਾਲਾ ਅਨਹੁ ਦੇ ਅੱਖਾਂ ਦੇ ਵਿੱਚੋਂ ਆਂਸੂ ਜਾਰੀ ਹੋ ਗਏ, ਕਹਿਣਾ ਕਿ ਰੱਬ ਦੀ ਰਜ਼ਾ ਤੇ ਮੈਂ ਰਾਜ਼ੀ ਆ। ਫਿਰ ਬਣਾਇਆ ਰੱਬੂ ਜਿਬਰਾਈਲ ਅਸਲਾਮ ਨੇ ਆਸ ਕੀਤੀ ਹੈ ਸੁਨੇ ਮਹਿਬੂਬ, ਦੇਖੋ ਅੱਜ ਜੀ ਵਜਿਆ ਲਬਾਸ ਸਿੱਦੀਕ ਨੇ ਪਾਇਆ ਹੋਇਆ, ਰੱਬ ਦੇ ਮਲਾਇਕਾ ਦੇ ਸਾਰੇ ਨੇ ਉਹ ਲਬਾਸ ਪਾਇਆ। ਜਿਬਰੀਲ ਦਾ ਲਬਾਸ ਕਿਹੜਾ ਸੀ? ਅਬੂ ਬਕਰ ਸਿੱਦੀਕ ਦਾ ਜਿੰਦਾ ਜਾਣਾ ਨਾ ਲਬਾਸ ਕਿਹੜਾ ਸੀ? ਬੋਰੀਆਂ ਦੇ ਟਾਰ ਦਾ ਲਬਾਸ। ਦੇਖੋ ਫਰਮਾਇਆ ਵਾ ਮਿੰਮਾ ਰਜ਼ਕਨਾਹੁਮ ਯੁਨਫਿਕੂਨ। ਪੰਜਵੀਂ ਸ਼ਰਤ ਕਿਹੜੀ ਆਈ? ਮੂਮਿਨ ਦੀ ਪੰਜਵੀਂ ਸ਼ਰਤ ਕਿ ਉਹ ਰੱਬ ਦੀ ਰਾਹ ਤੇ ਖਰਚ ਕਰਦੇ ਨੇ, ਰੱਬ ਦੀ ਰਾਹ ਤੇ ਸਭ ਕੁਝ ਕੁਰਬਾਨ ਕਰਨ ਵਾਲੇ ਹੁੰਦੇ ਨੇ। ਹਜ਼ਰਤ ਇਬਨ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੁ ਨੇ ਅੱਧਾ ਮਾਲ ਪੇਸ਼ ਕੀਤਾ। ਸਨ ਵਿਚਾਰੀ ਲੈ ਕਿ ਅਸੀਂ ਵੇਖੀਏ ਅਸੀਂ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰ ਰਹੇ ਹਾਂ। ਪਹਿਲੀ ਸਿਫਤ ਮੂਮਿਨ ਦੀ ਕਿ ਉਹ ਖੌਫ ਉਹਦੇ ਦਿਲ ਦੇ ਅੰਦਰ ਅੱਲਾਹ ਰੱਬੁਲ ਆਲਮੀਨ ਦਾ ਹੁੰਦਾ ਹੈ, ਉਹ ਰੱਬ ਦੇ ਜਾਣ ਵਾਲਾ ਹੁੰਦਾ ਹੈ, ਰੱਬ ਦਾ ਜ਼ਿਕਰ ਹਰ ਵਕਤ ਕਰਨ ਵਾਲਾ ਹੁੰਦਾ। ਦੂਸਰਾ ਉਹ ਜਦੋਂ ਉਹਦੇ ਦਿਲ ਦੇ ਅੰਦਰ ਕੁਰਾਨ ਦੀ ਮੁਹੱਬਤ ਹੁੰਦੀ ਹੈ, ਜਦੋਂ ਕੁਰਾਨ ਪੜ੍ਹਿਆ ਰਹਿੰਦਾ ਉਹਦਾ ਇਮਾਨ ਜ਼ਿਆਦਾ ਹੋ ਜਾਂਦਾ, ਉਹਦੇ ਦਿਲ ਦੇ ਅੰਦਰ ਰੱਬ ਦੀ ਮੁਹੱਬਤ ਆ ਜਾਂਦੀ ਹੈ। ਤੀਸਰੀ ਸਿਫਤ ਉਹ ਅੱਲਾਹ ਰੱਬੁਲ ਆਲਮੀਨ ਦੀ ਤਵੱਕਲ ਕਰਨ ਵਾਲਾ ਹੁੰਦੇ ਨੇ। ਚੌਥੀ ਸਿਫਤ ਉਹ ਨਮਾਜ਼ ਕਾਇਮ ਕਰਨ ਵਾਲੇ ਹੁੰਦੇ ਨੇ। ਔਰ ਪੰਜਵੀਂ ਸਿਫਤ ਉਹਨਾਂ ਜੋ ਰੱਬੁਲ ਆਲਮੀਨ ਨੇ ਰਿਜ਼ਕ ਦਿੱਤਾ ਹੁੰਦਾ, ਉਹ ਰੱਬੁਲ ਆਲਮੀਨ ਦੀ ਰਾਹ ਤੇ ਖਰਚ ਕਰਨ ਵਾਲੇ ਹੁੰਦੇ ਨੇ। ਅੱਗੇ ਰੱਬ ਫਰਮਾ ਰਿਹਾ ਜਿਹੜਾ ਇਹ ਕੰਮ ਕਰਕੇ ਆਉਂਦੇ, ਰੱਬ ਫਰਮਾ ਰਿਹਾ ਉਲਾਇਕਾ ਹੁਮੁਲ ਮੁਮਿਨੂਨ ਹੱਕਾ, ਇਹ ਸੱਚੇ ਲੋਕ ਨੇ। ਮੌਲਾ ਸੱਚੇ ਲੋਕ ਨੇ ਤੇ ਫਿਰ ਇਨਾਮ ਕੀ ਹੈ? ਇਹ ਪੰਜ ਸਿਫਤਾਂ ਪਈਆਂ ਤਾਂ ਗਈਆਂ, ਫਰਮਾਇਆ ਕਿ ਇਨਾਮ ਕੀ ਮਿਲਣਾ ਹੈ? ਫਰਮਾਇਆ ਦਾ ਹੁਣ ਜਰਾ ਜਾ ਹੁਣ ਇਹ ਰੱਬੇ ਹੀ ਉਹਨਾਂ ਦੇ ਵਾਸਤੇ ਉਹਨਾਂ ਦੇ ਰੱਬ ਤੇ ਹਾਂ ਦਰਜੇ ਨੇ, ਰੱਬ ਤੇ ਹਾਂ ਉਹਨਾਂ ਨੂੰ ਕਬੂਲੀਅਤ ਹਾਸਿਲ ਹੈ, ਉਹ ਰੱਬ ਦੇ ਪਿਆਰੇ ਬਣਦੇ ਨੇ, ਰੱਬ ਦੇ ਮਹਿਬੂਬ ਬਣਦੇ ਨੇ। ਫਰਮਾਇਆ ਇੱਕ ਇਹ ਚੀਜ਼ ਹੋ ਗਈ, ਫਰਮਾਇਆ ਮਗਫਿਰਾ ਕੁਲ, ਉਹਨਾਂ ਦੇ ਵਾਸਤੇ ਬਖਸ਼ਿਸ਼ ਹੈ, ਮਗਫਰਤ ਹੈ, ਉਹਨਾਂ ਦੇ ਗੁਨਾਹ ਮਾਫ ਨੇ, ਰੱਬ ਜੰਨਤ ਦੇਣੀ ਹੈ। ਮਗਫਿਰਾ ਕੁਲ ਵਰਿਸ ਕੁਲ ਕਰੀਮ, ਔਰ ਉਹਨਾਂ ਦਾ ਰੱਬ ਕਰੀਮ ਦੇ ਹਾਂ ਬਹੁਤ ਸਾਰਾ ਰਿਜ਼ਕ ਹੈ, ਰੱਬ ਉਹਨਾਂ ਨੂੰ ਜ਼ਿਆਦਾ ਰਿਜ਼ਕ ਅਤਾ ਫਰਮਾਏਗਾ। ਦੋਸਤਾਂ ਨੇ ਗ੍ਰਾਂਤੀ ਕਰਨਾ ਸਾਨੂੰ ਚਾਹੀਦਾ ਹੈ ਕਿ ਮੂਮਿਨ ਬਣੀਏ, ਔਰ ਜੋ ਮੂਮਿਨ ਹਕੀਕਤ ਦੇ ਵਿੱਚ ਬਣਨੇ ਦਾ ਹੱਕ ਹੈ, ਜਿਸ ਦਾ ਰੱਬ ਨੇ ਮੂਮਿਨ ਨੇ ਜੋ ਸਫਰ ਪਿਆਰ ਕੀਤੇ ਹੋਏ ਉਹ ਅਜਿਹਾ ਮੂਮਿਨ ਬਣਨਾ ਚਾਹੀਦਾ ਹੈ। ਫਿਰ ਜਦੋਂ ਤੂੰ ਮੂਮਿਨ ਹਕੀਕਤ ਦੇ ਅੰਦਰ ਬਣਦੇ ਫਿਰ ਉਹ ਬਲਾਏ ਤਾਰਾ ਮਕਾਮ ਆ ਰਹਿੰਦਾ, ਫਿਰ ਤੂੰ ਰੱਬ ਦਾ ਮਹਿਬੂਬ ਬਣ ਜਾਵੇਗਾ। ਰੱਬ ਫਰਮਾਏਗਾ ਅਲਾ ਖਬਰਦਾਰ ਅਲਾ ਇਨਾ ਔਲੀਆ ਅੱਲਾ ਲਾ ਖੌਫੁਨ ਅਲੈਹਿਮ ਵਲਾ ਹੁਮ ਯਹਜ਼ਨੂਨ, ਇਹ ਮੇਰੇ ਨੇ ਖਬਰਦਾਰ ਕੋਈ ਇਹਨਾਂ ਦੇ ਬਾਰੇ ਨਾ ਸੋਚਿਆ ਹੈ, ਇਹਨਾਂ ਨਾ ਕੋਈ ਖੌਫ ਹੈ ਨਾ ਇਹਨਾਂ ਦਾ ਗਮ ਹੈ, ਕਿਉਂ ਇਹ ਮੇਰੇ ਹੋ ਗਏ ਨੇ, ਮੈਂ ਇਹਨਾਂ ਦਾ ਹੋ ਗਿਆ। ਫਿਰ ਤੁਸੀਂ ਹੰਝੀ ਨਹੀਂ ਲੈਣੇ ਉਹਨਾਂ ਦੇ ਡਰ ਤੇ, ਫਿਰ ਉਹਨਾਂ ਦੇ ਡਰ ਤੇ ਲੈਣ ਵਾਸਤੇ ਲੈਂਦੇ ਹਾਂ, ਉਹ ਮੰਗਦੇ ਨੇ ਰੱਬ ਉਹ ਪਿਆਰਾਂ ਦੇ ਸਦਕੇ ਸਾਨੂੰ ਅਦਾ ਕਰ ਦਿੰਦੇ ਰੱਬੁਲ ਆਲਮੀਨ ਅਮਲ ਦੀ ਤੌਫੀਕ ਅਤਾ ਫਰਮਾਏ।